ਕੋਠੀ ਜਿੰਨੀ ਵੱਡੀ ਹੁੰਦੀ ਹੈ ਓਨੀ ਜ਼ਿਆਦਾ ਸੋਹਣੀ ਲੱਗਦੀ ਹੁੰਦੀ ਹੈ, ਅਤੇ ਅੱਜ ਆਪਾਂ ਬਹੁਤ ਵੱਡੀ ਪੂਰੀ ਖੁੱਲ੍ਹੀ ਡੁੱਲੀ ਕੋਠੀ ਲੈ ਕੇ ਪਹੁੰਚੀ ਹਾਂ। ਅਤੇ ਇਕੱਲੀ ਇਕੱਲੀ ਆਪਾਂ ਗੱਲ ਕਰਦੇ ਹਾਂ, ਪਹਿਲਾਂ ਤਾਂ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ, ਮੇਰੀਆਂ ਮਾਤਾ, ਮੇਰੇ ਵੱਡੇ ਬਜ਼ੁਰਗ, ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ, ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ 7300 ਪੂਰਾ 2673। ਜੇ ਕਿਸੇ ਕੋਲ ਕੋਠੀ ਘਰ ਮਕਾਨ ਹੈ ਵੇਚਣ ਵਾਸਤੇ, ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜ ਕੇ ਫਰੀ ਦੇ ਵਿੱਚ ਐਡ ਤੁਸੀਂ ਚੈਨਲ 'ਤੇ ਲਗਵਾ ਸਕਦੇ ਹੋ ਜੀ। ਨਵੀਆਂ ਨਵੀਆਂ ਕੋਠੀਆਂ ਅਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ, ਅਤੇ ਨਾਲ ਇੱਕ ਬੈੱਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ। ਕੋਠੀ ਦਾ ਮੇਨ ਗੇਟ ਤੁਸੀਂ ਦੇਖ ਲਓ, ਕੋਠੀ ਦੇ ਮੇਨ ਗੇਟ ਨੂੰ ਦੇਖ ਕੇ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕੋਠੀ ਕਿੰਨੀ ਵੱਡੀ ਹੋਵੇਗੀ, ਕਿਉਂਕਿ ਮੇਨ ਗੇਟ ਬਹੁਤ ਚੌੜਾ ਅਤੇ ਬਹੁਤ ਵੱਡਾ ਇਹਨਾਂ ਨੇ ਲਗਵਾਇਆ ਹੋਇਆ। ਅਤੇ ਕੋਠੀ ਨੂੰ ਡਬਲ ਮੇਨ ਗੇਟ ਲੱਗਦੇ ਆ, ਇੱਕ ਤਾਂ ਇੱਧਰਲੀ ਸਾਈਡ ਹੈ, ਇੱਕ ਪਰਲੀ ਸਾਈਡ ਹੈ, ਉਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ। ਪਹਿਲਾਂ ਤੁਹਾਨੂੰ ਮੈਂ ਵੀਡੀਓ ਦਿਖਾਉਣਾ ਸੀ, ਅਤੇ ਸਾਰਾ ਕੁਛ ਟੋਟਲ ਤੁਸੀਂ ਦੇਖੋਗੇ, ਇਕੱਲੀ ਇਕੱਲੀ ਆਪਾਂ ਗੱਲ ਕਰਾਂਗੇ। ਜੇ ਆਪਾਂ ਜਗ੍ਹਾ ਦੀ ਗੱਲ ਕਰੀਏ ਤਾਂ ਮਾਲਕ ਨੇ ਦੱਸਿਆ ਇਹਨਾਂ ਨੇ ਜਗ੍ਹਾ 1.5 ਵਿਘਾ ਕਿਹਾ ਜੀ, 1.5 ਵਿਘੇ ਜਗ੍ਹਾ ਦੇ ਵਿੱਚ ਕੋਠੀ ਬਣੀ ਹੋਈ ਹੈ, ਅਤੇ ਕੋਠੀ ਬਹੁਤ ਵਧੀਆ ਜੀ। ਸਾਰਾ ਕੰਮ ਟੋਟਲ ਅੰਦਰ ਬਾਹਰੋਂ ਇਹਨਾਂ ਨੇ ਕਰਵਾ ਰੱਖਿਆ, ਬਾਕੀ ਕਈ ਪੇੜ ਪੌਦੇ ਵੀ ਇਹਨਾਂ ਨੇ ਲਾ ਰੱਖੇ ਹੈ, ਫਲਦਾਰ ਬੂਝੇ ਵੀ ਕਈ ਲੱਗੇ ਹੋਏ ਨੇ। ਅਤੇ ਕੋਠੀ ਦੇ ਵਿੱਚ ਆਪਾਂ ਨੂੰ ਟੋਟਲ 3 ਤਾਂ ਰਸੋਈਆਂ ਮਿਲਣਗੀਆਂ, 3 ਕਿਚਨ ਬਣੇ ਹੋਏ ਹੈ, ਅਤੇ ਤੁਹਾਨੂੰ ਮੈਂ ਸਾਰਾ ਕੁਛ ਦਿਖਾਉਣਾ। ਪਹਿਲਾ ਕਿਚਨ ਤੁਹਾਨੂੰ ਮੈਂ ਦਿਖਾਉਣਾ ਸੀ, ਆਹ ਕਿਚਨ ਦੇਖੋ, ਆਪਣਾ ਬਾਹਰਲੀ ਸਾਈਡ ਇੱਕ ਇਹਨਾਂ ਨੇ ਕਿਚਨ ਬਣਵਾਇਆ ਹੋਇਆ, ਅਤੇ ਇੱਕ ਆਪਣੀ ਜਿਹੜੀ ਕੱਚੀ ਰਸੋਈ ਹੁੰਦੀ ਆ ਪਿੰਡਾਂ ਦੇ ਵਿੱਚ ਉਹ ਬਣੀ ਹੋਈ ਹੈ, ਉਹ ਆ ਗਈ ਜੀ ਸਾਹਮਣੇ, ਜਿੱਥੇ ਉੱਪਰ ਸਲੇਟਾਂ ਜੀਆਂ ਪਾ ਰੱਖੀਆਂ ਗਈਆਂ। ਅਤੇ ਇੱਧਰਲੀ ਸਾਈਡ ਆਪਣਾ ਮੇਨ ਕਿਚਨ ਆ ਗਿਆ ਕੋਠੀ ਦਾ, ਅਤੇ ਆਹ ਕਿਚਨ ਤੁਸੀਂ ਦੇਖ ਲਓ, ਸਾਰਾ ਲੱਕੜ ਦਾ ਕੰਮ ਟੋਟਲ ਇਹਨਾਂ ਨੇ ਕਰਵਾ ਰੱਖਿਆ। ਸੈਲਫਾਂ 'ਤੇ ਗ੍ਰੇਨਾਈਟ ਪੱਥਰ ਲੱਗਿਆ ਹੋਇਆ ਹੈ, ਅਤੇ ਨੀਚੇ ਵੀ ਇਹਨਾਂ ਨੇ ਪੱਥਰ ਲਗਵਾਇਆ ਹੋਇਆ, ਬਾਕੀ ਜੋੜੀਆਂ ਵਗੈਰਾ ਸਾਰੀਆਂ ਟੋਟਲ ਲੱਗੀਆਂ ਹੋਈਆਂ ਨੇ, ਲਾਈਟਿੰਗ ਦਾ ਸਾਰਾ ਕੰਮ ਹੋਇਆ ਹੈ। ਬਾਕੀ ਲੋਬੀ ਬਹੁਤ ਖੁੱਲ੍ਹੀ ਡੁੱਲੀ ਬਹੁਤ ਵੱਡੀ ਆਪਾਂ ਨੂੰ ਮਿਲੂਗੀ, ਕਮਰੇ ਵਧੀਆ ਬਣੇ ਹੋਏ ਨੇ, ਅਤੇ ਇਕੱਲਾ ਇਕੱਲਾ ਕੰਮ ਇਹਨਾਂ ਨੇ ਵਧੀਆ ਕਰਵਾ ਰੱਖਿਆ ਗਾ। ਜੇ ਤੁਸੀਂ ਨੀਚੇ ਦੇਖੋਗੇ ਜਿਹੜਾ ਫਰਸ਼ ਲੱਗਿਆ ਹੋਇਆ, ਸਾਰਾ ਆਪਾਂ ਨੂੰ ਮਾਰਬਲ ਪੱਥਰ ਦਾ ਲੱਗਿਆ ਹੋਇਆ ਮਿਲੂਗਾ, ਅਤੇ ਰਗੜਾਈ ਸਾਰੀ ਇਹਨਾਂ ਨੇ ਵਧੀਆ ਕਰਵਾਈ ਹੋਈ ਹੈ, ਅਤੇ ਕੋਠੀ ਬਹੁਤ ਵੱਡੀ ਹੈ ਜੀ। ਅਤੇ ਤੁਹਾਨੂੰ ਮੈਂ ਪਹਿਲਾਂ ਹੀ ਕਹਿ ਦੇਣਾ, ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ, ਨੀਚੇ ਇੱਕ ਲਾਈਕ ਦਾ ਬਟਨ ਹੈ ਉਹਨੂੰ ਜ਼ਰੂਰ ਦੱਬ ਦਿਓ। ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ, ਜਿੰਨੀਆਂ ਮੇਰੀਆਂ ਭੈਣਾਂ, ਮੇਰੀਆਂ ਮਾਤਾਵਾਂ, ਮੇਰੇ ਵੱਡੇ ਬਜ਼ੁਰਗ ਪਹਿਲੀ ਵਾਰ ਆਪਣੀ ਆਹ ਵੀਡੀਓ ਤੁਸੀਂ ਦੇਖ ਰਹੇ ਹੋ ਅਤੇ ਵੀਡੀਓ ਪਸੰਦ ਆ ਰਹੀ ਹੈ, ਲਾਈਕ ਕਰ ਦਿਓ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ, ਸਬਸਕ੍ਰਾਈਬ ਲਾਜ਼ਮੀ ਕਰ ਦਿਓ। ਅਤੇ ਪਹਿਲਾਂ ਇੱਕ ਤੁਸੀਂ ਬੈੱਡਰੂਮ ਦੇਖਿਆ, ਅਤੇ ਸੈਕਿੰਡ ਵਾਲਾ ਇਹ ਆ ਗਿਆ ਸੀ, ਇਹਨੂੰ ਆਪਾਂ ਟੋਟਲ ਸਟੋਰ ਰੂਮ ਬਣਾਉਣਾ ਹੋਵੇ ਸਟੋਰ ਰੂਮ ਵੀ ਬਣਾ ਸਕਦੇ ਹਾਂ, ਅਤੇ ਇਹਨੂੰ ਬੈੱਡਰੂਮ ਬਣਾਉਣਾ ਹੋਵੇ ਬੈੱਡਰੂਮ ਵੀ ਬਣ ਜੂਗਾ, ਉਹ ਆਪਣੀ ਇੱਛਾ ਜੀ ਆਪਾਂ ਕੀ ਬਣਾਉਣਾ ਗਾ। ਬਾਕੀ ਉੱਪਰ ਜਾਣ ਵਾਸਤੇ ਆਪਾਂ ਨੂੰ ਪੌੜੀਆਂ ਮਿਲ ਜਾਣਗੀਆਂ, ਅਤੇ ਉੱਪਰ ਕੁਛ ਨਹੀਂ ਬਣਿਆ ਹੋਇਆ ਜੀ, ਸਿੰਗਲ ਸਟੋਰੀ ਆਹ ਕੋਠੀ ਹੈ। ਬਾਕੀ ਲੱਕੜ ਦਾ ਟੋਟਲ ਇਹਨਾਂ ਨੇ ਕੰਮ ਕਰਵਾ ਰੱਖਿਆ, ਪੌੜੀਆਂ ਦੇ ਨੀਚੇ ਜਿਹੜੇ ਬੋਕਸ ਬਣਨੇ ਹੁੰਦੇ ਆ ਉਹ ਇਹਨਾਂ ਨੇ ਬਣਵਾਏ ਹੋਏ ਨੇ। ਬਾਕੀ ਏਸੀ ਦੀ ਫਿਟਿੰਗ ਆਪਾਂ ਨੂੰ ਕੀਤੀ ਕਰਾਈ ਮਿਲੂਗੀ, ਅਤੇ ਰੰਗ ਟੋਟਲ ਇਹਨਾਂ ਨੇ ਸਾਰੇ ਕਿਤੇ ਕਰਵਾ ਰੱਖਿਆ। ਬਾਕੀ ਫਰਸ਼ ਦੀ ਗੱਲ ਕਰੀਏ, ਸਾਰੇ ਕਿਤੇ ਆਪਾਂ ਨੂੰ ਮਾਰਬਲ ਪੱਥਰ ਹੀ ਮਿਲੂਗਾ ਜੀ, ਲੱਕੜ ਦਾ ਵਧੀਆ ਕੰਮ ਕਰਵਾਇਆ ਹੋਇਆ, ਜਿੰਨੀ ਜੋੜੀਆਂ ਡੋਰ ਲੱਗੇ ਹੋਏ ਨੇ ਵਧੀਆ ਲੱਕੜ ਦੇ ਲੱਗੇ ਹੋਏ ਨੇ, ਅਤੇ ਸਾਰਾ ਕੁਛ ਤੁਸੀਂ ਦੇਖ ਹੀ ਰਹੇ ਹੋ ਜੀ। ਬਾਕੀ ਕੋਠੀ ਦੇ ਅੰਦਰੋਂ ਵੀ ਆਪਾਂ ਦੇਖ ਰਹੇ ਹਾਂ, ਅਤੇ ਬਾਹਰਲੀ ਸਾਈਡ ਤੋਂ ਵੀ ਆਪਾਂ ਸਾਰਾ ਕੁਛ ਦੇਖਾਂਗੇ।
ਅਤੇ ਆ ਗਿਆ ਜੀ ਆਪਣਾ ਡਰਾਇੰਗ ਰੂਮ। ਅਤੇ ਵਧੀਆ ਖੁੱਲ੍ਹਾ ਡੁੱਲਾ ਆਪਾਂ ਨੂੰ ਡਰਾਇੰਗ ਰੂਮ ਮਿਲੂਗਾ। ਅਤੇ ਤੁਸੀਂ ਦੇਖ ਲਓ ਕਾਫੀ ਸੋਫੇ ਲੱਗੇ ਹੋਏ ਨੇ ਅਤੇ ਇੱਕ ਦੀਵਾਨ ਬੈੱਡ ਪਿਆ, ਫਿਰ ਵੀ ਆਪਾਂ ਨੂੰ ਜਗ੍ਹਾ ਕਾਫੀ ਆਸੇ ਪਾਸੇ ਅਤੇ ਵਿਚਾਲੇ ਮਿਲ ਜਾਊਗੀ। ਬਾਕੀ ਆਪਾਂ ਤੁਹਾਨੂੰ ਸਾਰਾ ਕੁਛ ਦਿਖਾਈ ਰਹੇ ਹਾਂ। ਅਤੇ ਹੁਣ ਆਪਾਂ ਚੱਲਦੇ ਹਾਂ ਜੀ ਬਾਹਰਲੀ ਸਾਈਡ। ਡਰਾਇੰਗ ਰੂਮ ਨੂੰ ਡਬਲ ਗੇਟ ਲੱਗਦੇ ਆ, ਇੱਕ ਤਾਂ ਲੋਬੀ 'ਚੋਂ ਅਤੇ ਇੱਕ ਬਾਹਰੋਂ ਜੀ। ਅਤੇ ਬਾਹਰ ਵੀ ਆਪਾਂ ਚੱਲਾਂਗੇ ਅਤੇ ਉੱਪਰੋਂ ਛੱਤ ਦੇਖ ਲਓ, ਜਿੰਨੀਆਂ ਟੋਟਲ ਛੱਤਾਂ ਨੇ ਸਾਰੀਆਂ ਇਹਨਾਂ ਨੇ ਪੀ ਓ ਪੀ ਕਰਵਾਈਆਂ ਹੋਈਆਂ ਨੇ ਅਤੇ ਕੰਮ ਵਧੀਆ ਸੋਹਣਾ ਇਹਨਾਂ ਨੇ ਕਰਵਾ ਰੱਖਿਆ ਜੀ। ਅਤੇ ਆਪਣੇ ਕੋਲ ਜਿਹੜੀ ਆ ਕੋਠੀ ਪਹੁੰਚੀ ਆ, ਲੋਕੇਸ਼ਨ ਮੋਬਾਈਲ ਨੰਬਰ ਸਾਰਾ ਕੁਛ ਤੁਹਾਨੂੰ ਮਿਲ ਜੂਗਾ ਜੀ। ਲੋਕੇਸ਼ਨ ਬਰਨਾਲਾ ਜੀ, ਡਿਸਟ੍ਰਿਕਟ ਇਹਨਾਂ ਨੂੰ ਬਰਨਾਲਾ ਲੱਗਦੀ ਹੈ ਜੀ। ਅਤੇ ਬਾਹਮਣੀਆਂ ਇਹਨਾਂ ਦਾ ਪਿੰਡ ਹੈ ਜੀ, ਬਾਹਮਣੀਆਂ ਪਿੰਡ ਦੇ ਵਿੱਚ ਆਹ ਕੋਠੀ ਬਣੀ ਹੋਈ ਹੈ। ਅਤੇ ਜਾ ਕੇ ਤੁਸੀਂ ਦੇਖਣੀ ਹੋਵੇ ਕੋਠੀ ਜਾ ਕੇ ਦੇਖ ਸਕਦੇ ਹੋ। ਅਤੇ ਵਧੀਆ ਕੋਠੀ ਹੈ ਜੀ, ਸੋਹਣੀ ਕੋਠੀ ਹੈ। ਬਾਕੀ ਮਾਲਕ ਨੇ ਕਿਹਾ ਜਦੋਂ ਕਹਿੰਦੇ ਤੁਸੀਂ ਆ ਕੇ ਦੇਖੋਗੇ, ਜੋ ਵੀ ਖਰੀਦਣ ਦਾ ਚਾਹਵਾਨ ਹੈ ਆ ਕੇ ਕੋਠੀ ਦੇਖੋਗੇ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ। ਬਾਕੀ ਜਿਹੜਾ ਰੇਟ ਮਾਲਕ ਨੇ ਆਪਣੇ ਕੋਲ ਲਾ ਕੇ ਭੇਜਿਆ, ਡਿਮਾਂਡ ਇੱਕ ਲਾ ਕੇ ਆਪਣੇ ਕੋਲ ਭੇਜੀ ਹੈ, ਕੋਈ ਫਿਕਸ ਰੇਟ ਨਹੀਂ ਹੈਗਾ। ਡਿਮਾਂਡ ਇਹਨਾਂ ਨੇ 50 ਲੱਖ ਰੁਪਈਆ ਕਿਹਾ ਹੈਗਾ। ਅਤੇ ਮਾਲਕ ਕਹਿੰਦੇ ਆ ਵੀ ਰੇਟ ਉੱਪਰ ਨੀਚੇ ਬਹਿ ਕੇ ਹੋਜੂਗਾ, ਇੱਕ ਵਾਰੀ 50 ਲੱਖ ਰੁਪਈਆ ਡਿਮਾਂਡ ਹੈ। ਅਤੇ ਜਿਹੜੀ ਆਹ ਜਗ੍ਹਾ ਆ ਰਜਿਸਟਰੀ ਵਾਲੀ ਹੈ ਜੀ, ਰਜਿਸਟਰੀ ਇਹਦੀ ਹੋਈ ਹੈ ਅਤੇ ਓਨਰ ਦੇ ਨਾਮ 'ਤੇ ਰਜਿਸਟਰੀ ਹੋਈ ਹੈ ਜੀ। ਅਤੇ ਬਾਕੀ ਪੌੜੀਆਂ ਵਧੀਆ ਆਪਾਂ ਨੂੰ ਮਿਲ ਜਾਣਗੀਆਂ ਅਤੇ ਗਰਿੱਲ ਵਗੈਰਾ ਲੱਗੀ ਹੋਈ ਹੈ। ਅਤੇ ਬਾਕੀ ਟੋਟਲ ਸਾਰਾ ਕੁਛ ਤੁਹਾਨੂੰ ਮੈਂ ਦਿਖਾਈ ਦਿੱਤਾ ਜੀ ਕੋਠੀ ਦੇ ਅੰਦਰੋਂ ਤਾਂ। ਅਤੇ ਹੁਣ ਆਪਾਂ ਬਾਹਰ ਚੱਲਦੇ ਹਾਂ, ਬਾਹਰੋਂ ਵੀ ਤੁਹਾਨੂੰ ਮੈਂ ਸਾਰਾ ਕੁਛ ਦਿਖਾ ਦਿੰਦਾ ਜੀ। ਬਾਕੀ ਕੋਠੀ ਆਹ ਵਧੀਆ ਬਣੀ ਹੋਈ ਹੈ, ਰੇਟ 50 ਲੱਖ ਰੁਪਈਆ। ਅਤੇ ਵਧੀਆ ਲੱਗਿਆ ਤੁਹਾਨੂੰ ਰੇਟ, ਕੋਠੀ ਵਧੀਆ ਲੱਗੀ ਹੈ ਤਾਂ ਲਾਈਕ ਲਾਜ਼ਮੀ ਕਰ ਦਿਓ ਜੀ। ਅਤੇ ਇੱਕ ਵਾਰ ਫਿਰ ਤੋਂ ਤੁਹਾਨੂੰ ਮੈਂ ਕਹਿ ਦਿੰਦਾ ਜੀ, ਜੇ ਕਿਸੇ ਨੇ ਐਡ ਕਰਵਾਉਣੀ ਹੈ ਕਿਸੇ ਵੀ ਏਰੀਏ 'ਚੋਂ, ਤੁਸੀਂ ਦੇਖ ਰਹੇ ਹੋ ਜੇ ਤੁਹਾਡੇ ਕੋਲ ਵੀ ਕੋਠੀ ਆ, ਘਰ ਮਕਾਨ ਹੈ ਕਿਸੇ ਵੀ ਏਰੀਏ 'ਚ, ਪਿੰਡ 'ਚ, ਸ਼ਹਿਰ 'ਚ, ਜਿੱਥੋਂ ਵੀ ਤੁਸੀਂ ਦੇਖ ਰਹੇ ਹੋ, ਆਪਣੇ ਕੋਲ ਇੱਕ ਤਾਂ ਵੀਡੀਓ ਜਿਵੇਂ ਕਿ ਇਹਨਾਂ ਨੇ ਪੂਰੀ ਵਧੀਆ ਆਪਣੇ ਕੋਲ ਬਣਾ ਕੇ ਭੇਜੀ ਆ ਇਸ ਤਰ੍ਹਾਂ ਦੀ ਪੂਰੀ ਵਧੀਆ ਵੀਡੀਓ, ਅਤੇ ਬਿਲਕੁਲ ਆਰਾਮ ਨਾਲ ਵੀਡੀਓ ਬਣਾਉਣੀ ਹੈ ਜੀ। ਅਤੇ 10-12 ਫੋਟੋਆਂ ਅਤੇ ਜਿੰਨੀ ਕੁ ਜਾਣਕਾਰੀ ਹੁੰਦੀ ਹੈ ਸਾਰਾ ਕੁਛ ਆਪਣੇ ਕੋਲ ਭੇਜਦਿਆ ਕਰੋ, ਉਹ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ। ਆਪਣਾ ਕਮਿਸ਼ਨ ਖਰਚਾ ਵਰਚਾ ਕਿਸੇ ਤਰ੍ਹਾਂ ਦਾ ਕੋਈ ਨਹੀਂ ਹੁੰਦਾ ਐਡ ਕਰਵਾਈ ਦਾ, ਜਮ੍ਹਾਂ ਫਰੀ ਦੇ ਵਿੱਚ ਆਪਣਾ ਸਾਰਾ ਕੰਮ ਹੈਗਾ। ਅਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜ਼ਰੂਰ ਦੱਸੋ ਜੀ ਕਮੈਂਟ ਕਰਕੇ, ਕਮੈਂਟ ਕਰਨਾ ਨਾ ਭੁੱਲਿਓ ਜੀ। ਬਾਕੀ ਜਿਹੜੇ ਮਾਲਕ ਨੇ, ਜਿਹੜਾ ਪਰਿਵਾਰ ਹੈ ਜੀ ਕੋਠੀ ਦਾ, ਸਾਰੇ ਪਸ਼ੂ ਰੱਖਣ ਦੇ ਸ਼ੌਕੀਨ ਨੇ ਅਤੇ ਪਸ਼ੂ ਰੱਖਦੇ ਨੇ, ਅਤੇ ਪਸ਼ੂਆਂ ਵਾਸਤੇ ਅਲੱਗ ਤੋਂ ਜਗ੍ਹਾ ਬਣੀ ਹੋਈ ਹੈ ਜੀ। ਇੱਕ ਪਾਸੇ ਪਸ਼ੂ ਹੈ ਜੀ ਅਤੇ ਇੱਕ ਪਾਸੇ ਕੋਠੀ ਹੈ, ਇੱਕ ਪਾਸੇ ਬਹਿੜਾ ਰਹਿ ਜਾਂਦਾ। ਅਤੇ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀਗਾ ਸਟਾਰਟਿੰਗ 'ਚ, ਡਬਲ ਆਪਾਂ ਨੂੰ ਮੇਨ ਗੇਟ ਮਿਲ ਜਾਣਗੇ। ਇੱਕ ਤਾਂ ਪਰਲੀ ਸਾਈਡ ਮੇਨ ਗੇਟ ਆ ਗਿਆ ਜੀ ਕੋਠੀ ਦਾ, ਇੱਕ ਇੱਧਰਲੀ ਸਾਈਡ ਆ ਗਿਆ ਆ ਗਿਆ ਜੀ। ਬਾਕੀ ਜਗ੍ਹਾ ਬਹੁਤ ਡਬਲ ਹੈ ਜੀ, ਜੇ ਆਪਣੇ ਕੋਲ ਸੰਦ ਸੰਧੇੜੇ ਬਹੁਤ ਜ਼ਿਆਦਾ ਨੇ ਅਤੇ ਆਪਾਂ ਆਹ ਕੋਠੀ ਖਰੀਦ ਸਕਦੇ ਹਾਂ ਜੀ, ਵਧੀਆ ਰੇਟ ਹੈ। ਬਾਕੀ ਰੇਟ ਹੋਰ ਵੀ ਹੋ ਜੂਗਾ। ਅਤੇ ਹਰ ਚੀਜ਼ ਅਲੱਗ ਤੋਂ ਬਣੀ ਹੋਈ ਹੈ, ਮਸ਼ੀਨਰੀਆਂ ਖੜਾਉਣ ਵਾਸਤੇ ਅਲੱਗ ਤੋਂ ਬਣੀ ਹੋਈ ਹੈ, ਪਸ਼ੂਆਂ ਵਾਸਤੇ ਅਲੱਗ ਤੋਂ ਜੀ, ਹਰ ਚੀਜ਼ ਵਧੀਆ ਗੀ ਅਤੇ ਕੋਠੀ ਵੀ ਸੋਹਣੀ ਹੈਗੀ। ਬਾਕੀ ਤੁਸੀਂ ਵੀਡੀਓ ਦੇਖ ਹੀ ਰਹੇ ਹੋ ਅਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ। ਵਧੀਆ ਵੀਡੀਓ ਲੱਗੀ ਹੈ ਲਾਈਕ ਜ਼ਰੂਰ ਕਰ ਦਿਓ, ਵੀਡੀਓ ਨੂੰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ, ਸਪੋਰਟ ਕਰਿਆ ਕਰੋ ਜੀ, ਤੁਹਾਡਾ ਆਪਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ। ਬਾਕੀ ਕਿਸੇ ਨੂੰ ਵੀ ਪਸੰਦ ਆਈ ਹੈ ਕੋਠੀ,
ਮਾਲਕ ਦੇ ਨੰਬਰ ਤੁਹਾਨੂੰ ਸਕਰੀਨ 'ਤੇ ਮਿਲ ਗਏ ਹੋਣਗੇ। 9876760 0725 'ਤੇ ਕੋਠੀ ਬਾਰੇ ਕੁਛ ਵੀ ਮੇਰੇ ਵੱਲੋਂ ਰਹਿ ਗਿਆ ਹੋਵੇ ਤਾਂ ਮਾਫ਼ ਕਰਿਓ, ਬਾਕੀ ਮਾਲਕ ਦਾ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ, ਮਾਲਕ ਨਾਲ ਤੁਹਾਡੀ ਗੱਲ ਹੋ ਜਾਵੇਗੀ, ਤੁਹਾਨੂੰ ਮਾਲਕ ਸਾਰਾ ਕੁਛ ਦੱਸ ਦੇਣਗੇ। ਬਾਕੀ ਹੁਣ ਦਿਓ ਜੀ ਇਜਾਜ਼ਤ, ਅਤੇ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਘਰ ਦੇ ਨਾਲ ਜੀ। ਬਾਕੀ ਇੱਕ ਵਾਰ ਫਿਰ ਤੋਂ ਕਹਿ ਦੇਣਾ, ਜੇ ਕਿਸੇ ਨੇ ਐਡ ਕਰਵਾਉਣੀ ਆ ਆਪਣਾ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ, ਨੰਬਰ ਆਪਣਾ 7380026173। ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋਆਂ ਭੇਜ ਦਿਓ, ਅਤੇ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚੋਂ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਦੱਸੋ ਮੈਨੂੰ।